ਜਦੋਂ ਜ਼ਾਲਮ ਜ਼ੁਲਮ ਕਰਨਗੇ ਮੇਰੇ ਹੁਸੈਨ ਦੇ ਗਲੇ ਉੱਤੇ ਤੀਰ ਤਲਵਾਰਾਂ ਚੱਲਣਗੇ। ਅਰਜ਼ ਕੀਤਾ ਅੱਬੂ ਜੀ ਕਿ ਉਸ ਵੇਲੇ ਮੈਂ ਨਾ ਹੋਵਾਂਗੀ, ਤੁਸੀਂ ਨਾ ਹੋਵੋਗੇ, ਮੌਲਾ ਮੁਰਤਜ਼ਾ ਨਾ ਹੋਣਗੇ। ਫਰਮਾਇਆ ਬੇਟੀ ਉਸ ਵੇਲੇ ਨਾ ਮੈਂ ਹੋਵਾਂਗਾ ਤੇ ਨਾ ਤੂੰ ਹੋਵੇਂਗੀ, ਨਾ ਉਸੀ ਸ਼ੇਰ ਖੁਦਾ ਦਾ ਫਕਤ ਇੱਕ ਜ਼ੈਨਬ ਰੋਂਦੀ ਉਸੀ ਜਦ ਤੱਕ ਸੀ ਆਲ ਬਰਾਦਾ। ਮੁਸਲਮਾਨਾਂ ਫਿਰ ਉਹ ਵੇਲਾ ਆਇਆ ਮੇਰੇ ਇਮਾਮ ਅਲੀ ਮੁਕਾਮ ਮਦੀਨਾਤੁਲ ਮੁਨੱਵਰਾ ਦੇ ਅੰਦਰ ਨੇ ਔਰ ਵਲੀਦ ਬਿਨ ਉਤਬਾ ਨੇ ਜਿਹੜਾ ਮਦੀਨੇ ਦਾ ਗਵਰਨਰ ਸੀ ਉਹਨੂੰ ਯਜ਼ੀਦ ਨੇ ਖਤ ਲਿਖੀ ਆ ਹੁਸੈਨ ਕੋਲੋਂ ਦਸਤੇ ਯਜ਼ੀਦ ਲਈ ਜਾਏ, ਬੈਤੇ ਯਜ਼ੀਦ ਲਈ ਜਾਏ। ਇਮਾਮ ਅਲੀ ਮੁਕਾਮ ਆਪ ਨੂੰ ਬੁਲਾਇਆ ਗਿਆ ਦਾਰੁਲ ਇਮਾਰਤ ਦੇ ਅੰਦਰ, ਵਲੀਦ ਬਿਨ ਉਤਬਾ ਨੇ ਮਦੀਨੇ ਦੇ ਗਵਰਨਰ ਨੇ ਜਨਾਬ ਉਹ ਖਤ ਪੜ੍ਹ ਕੇ ਸੁਣਾਇਆ। ਮੇਰੇ ਇਮਾਮ ਅਲੀ ਮੁਕਾਮ ਨੇ ਸੁਣਿਆ ਇਹ ਪੈਗਾਮੇ ਕਰਬਲਾ ਜੇ। ਮੁਸਲਮਾਨੋ ਜ਼ਰਾ ਤਵੱਜੋ ਕਰੋ, ਇਹ ਵਾਕਿਆ ਕਰਬਲਾ ਅੱਗੇ ਸ਼ੁਰੂ ਹੁੰਦਾ ਹੈ, ਪੈਗਾਮੇ ਕਰਬਲਾ ਪਹਿਲਾਂ ਹੈ। ਪੈਗਾਮੇ ਕਰਬਲਾ ਕੀ ਹੈ? ਮੇਰੇ ਇਮਾਮ ਅਲੀ ਮੁਕਾਮ ਨੇ ਜਿਸ ਵੇਲੇ ਵੇਖਿਆ ਇਹ ਯਜ਼ੀਦ ਬੇਨਮਾਜ਼ੀ ਹੈ, ਇਹ ਫਾਸਕ ਹੈ, ਇਹ ਫਾਜਰ ਹੈ, ਇਹ ਦੀਨ ਨੂੰ ਮਟਾਉਣਾ ਚਾਹੁੰਦਾ ਹੈ, ਇਹ ਕਲਮੇ ਨੂੰ ਮਟਾਉਣਾ ਚਾਹੁੰਦਾ ਹੈ, ਇਹ ਦੀਨ ਨੂੰ ਮਿਲਿਆ ਮੇਟ ਕਰਨਾ ਚਾਹੁੰਦਾ ਹੈ, ਇਹ ਦੀਨ ਨੂੰ ਖਤਮ ਕਰਨਾ ਚਾਹੁੰਦਾ ਹੈ, ਇਹ ਫਾਸਕ ਹੈ, ਫਾਜਰ ਹੈ, ਜ਼ਾਨੀ ਹੈ, ਸ਼ਰਾਬੀ ਹੈ, ਕਬਾਬੀ ਹੈ। ਮੇਰੇ ਇਮਾਮ ਨੇ ਵੇਖਿਆ ਇਹ ਇਸਲਾਮ ਨਾਲ ਦੁਸ਼ਮਣੀ ਕਰਦਾ ਪਿਆ। ਹੁਸੈਨ ਨੇ ਫਰਮਾਇਆ ਐ ਵਲੀਦ ਬਿਨ ਉਤਬਾ, ਹੁਸੈਨ ਜਾਨ ਤੇ ਦੇ ਸਕਦਾ ਹੈ, ਲੇਕਿਨ ਇੱਕ ਫਾਸਕ ਫਾਜਰ ਇਸ ਪਲੀਤ ਦੇ ਹੱਥ ਤੇ ਬੈਤ ਨਹੀਂ ਕਰੇਗਾ, ਇਹ ਬੈਤ ਕਬੂਲ ਨਹੀਂ ਕਰੇਗਾ। ਇਹੋ ਸ਼ਰਤ ਸੀ ਨਾਮੇ ਦਾ ਦੀਨ ਰਹਿ ਜਾ, ਉਹਦੀ ਆਨ ਰਹਿ ਜਾ, ਉਹਦੀ ਸ਼ਾਨ ਰਹਿ ਜਾਏ, ਲੁੱਟੀ ਜਾ ਚੋਕ ਹੁਸੈਨ ਦੀ ਪਾਵੇਂ, ਪਰ ਅੱਜ ਨਾਮੇ ਦਾ ਜ਼ਿੰਦਾ ਇਸਲਾਮ ਰਹਿ ਜਾ। ਮੇਰੇ ਇਮਾਮ ਅਲੀ ਮੁਕਾਮ ਆਪ ਘਰ ਤਸ਼ਰੀਫ ਲਿਆਏ ਨੇ, ਘਰ ਵਾਲਿਆਂ ਨੂੰ ਫਰਮਾਇਆ ਤਿਆਰੀ ਕਰ ਲਓ, ਮਦੀਨੇ ਦੇ ਨਾ ਸਰੀਰਾਂ ਨੇ ਮਦੀਨੇ ਦੀ ਜ਼ਮੀਨ ਸਾਡੇ ਤੇ ਤੰਗ ਕਰ ਦਿੱਤੀ ਏ, ਅਗਰ ਇੱਥੋਂ ਅਸੀਂ ਨਾ ਨਿਕਲੇ ਮਦੀਨੇ ਦੀਆਂ ਗਲੀਆਂ ਵਿੱਚ ਖੂਨੇ ਹੁਸੈਨ ਚੱਲਦਾ ਨਜ਼ਰ ਆਏਗਾ, ਉੱਠੋ ਚੱਲੀਏ, ਤਿਆਰੀ ਕਰ ਲਈ। ਫਰਮਾਇਆ ਉਹ ਵਾਦਾ ਆ ਗਿਆ ਜਿਹੜਾ ਮੇਰੇ ਨਾਨਾ ਜਾਨ ਨਾਲ ਕੀਤਾ ਹੋਇਆ, ਉਹ ਵਾਦਾ ਆ ਗਿਆ, ਬਸ ਉਹ ਵਕਤ ਕਰੀਬ ਏ, ਜਲਦੀ ਕਰੋ। ਘਰ ਤਿਆਰੀਆਂ ਸ਼ੁਰੂ ਹੋ ਗਈਆਂ ਨੇ, ਲੋਕ ਇਕੱਠੇ ਹੋ ਗਏ, ਮਹੱਲੇ ਵਾਲੇ ਇਕੱਠੇ ਹੋ ਗਏ, ਪੁੱਛਦੇ ਨੇ ਸੈਯਦਜ਼ਾਦੀਓ ਕਿਤੇ ਜਾ ਰਹੀਆਂ ਵੋ? ਫਰਮਾਇਆ ਆਕਾ ਹੁਸੈਨ ਜਾਣਦੇ ਨੇ ਸਾਨੂੰ ਕਿਤੇ ਲੈ ਕੇ ਜਾ ਰਹੇ ਨੇ, ਅਸੀਂ ਤੇ ਉਹਨਾਂ ਦੀਆਂ ਖਾਦਮਾਂ ਵਾਂ, ਨੌਕਰਾਵਾਂ, ਲੌਂਡੀਆਂ ਵਾਂ, ਨੁਕਰਾਨੀਆਂ ਵਾਂ, ਉਹ ਸਾਡੇ ਅਮੀਰ ਨੇ, ਜਿੱਧਰ ਹੁਕਮ ਫਰਮਾਣਗੇ ਅਸੀਂ ਚਲੇ ਜਾਵਾਂਗੇ। ਮੁਸਲਮਾਨਾਂ ਨਾਨਾ ਮੁਸਤਫਾ ਦੇ ਮੈਦਾਨ ਤੇ ਇਮਾਮ ਅਲੀ ਮੁਕਾਮ ਹਾਜ਼ਰ ਹੁੰਦੇ ਨੇ, ਸਲਾਮ ਅਰਜ਼ ਕਰਦੇ ਨੇ, ਅਰਜ਼ ਕਰਦੇ ਨੇ ਨਾਨਾ ਤੇਰੇ ਕਰਮ ਕੇ ਖਜ਼ੀਨੇ ਕੀ ਖੈਰ ਹੋ, ਦੇ ਬੀਕ ਮੁਝਕੋ ਤੇਰੇ ਮਦੀਨੇ ਕੀ ਖੈਰ ਹੋ। ਨਾਨਾ ਮੁਸਤਫਾ ਦੇ ਮੈਦਾਨ ਤੇ ਅਰਜ਼ ਕਰਦੇ ਨੇ ਨਾਨਾ ਜੀ ਮੇਰਾ ਆਖਰੀ ਸਲਾਮ ਕਬੂਲ ਕਰਿਆ ਜੇ, ਹੁਣ ਮੇਰੇ ਕੋਲ ਨਾਨੇ ਦਾ ਮਜ਼ਾਰ ਛੁੱਟ ਚੱਲਿਆ, ਮਾਂ ਦੀ ਕਬਰ ਛੁੱਟ ਚੱਲੀ ਏ, ਮਾਂ ਦੇ ਮਜ਼ਾਰ ਤੇ ਸਲਾਮ ਅਰਜ਼ ਕੀਤਾ, ਬਾਜ਼ੂ ਫਲਾ ਕੇ ਮਾਂ ਦੀ ਕਬਰ ਦੇ ਨਾਲ ਲੇਟ ਗਏ ਨੇ। ਓਏ ਮੁਸਲਮਾਨਾਂ ਤਵੱਜੋ ਕਰ, ਓਏ ਉਹਨਾਂ ਲੋਕਾਂ ਨੂੰ ਪੁੱਛੋ ਜਿਨ੍ਹਾਂ ਦੀਆਂ ਮਾਵਾਂ ਕੋਈ ਨਹੀਂ, ਉਹਨਾਂ ਲੋਕਾਂ ਨੂੰ ਪੁੱਛੋ ਜਿਨ੍ਹਾਂ ਦੀਆਂ ਮਾਵਾਂ ਮਰ ਜਾਂਦੀਆਂ ਨੇ, ਜਦੋਂ ਮੇਰਾ ਹੁਸੈਨ ਮਾਂ ਦੀ ਕਬਰ ਦੇ ਨਾਲ ਜਾ ਕੇ ਲੇਟਿਆ ਹੋਵੇਗਾ, ਅਰਜ਼ ਕਰਦਾ ਹੋਵੇਗਾ ਅੰਮੀ ਜੀ ਤਰਾ ਉੱਠ ਕੇ ਵੇਖੋ ਕੌਣ ਆਇਆ ਏ, ਅੰਮੀ ਜੀ ਇਹ ਹੁਸੈਨ ਆਇਆ ਜਿਹਦੀ ਖਾਤਰ 70 ਮਰਤਬਾ ਦਰਵਾਜ਼ੇ ਤੇ ਆਵਾਜ਼ਾਂ ਦੇ ਦੀਆਂ ਸੋ, ਹੁਸੈਨ ਬੇਟਾ ਜਲਦੀ ਘਰ ਆ ਜਾ, ਜਿਨ੍ਹਾਂ ਦੀਆਂ ਮਾਵਾਂ ਕੋਈ ਨਹੀਂ ਉਹਨਾਂ ਨੂੰ ਤੇ ਪੁੱਛਣ ਵਾਲਾ ਕੋਈ ਨਹੀਂ, ਜਿਨ੍ਹਾਂ ਦੀਆਂ ਮਾਵਾਂ ਐਨੇ ਮਾਵਾਂ ਪੁੱਤਰਾਂ ਨੂੰ ਪੁੱਛਦੀਆਂ ਨੇ ਪੁੱਤਰ ਲੇਟ ਕਿਉਂ ਆਉਂਦੇ ਹੋ, ਪੁੱਤਰ ਵੇਲੇ ਨਾਲ ਘਰ ਆ ਜਾਇਆ ਕਰੋ,
ਬੇਟਾ ਦੇਰ ਨਾ ਕਰਿਆ ਕਰੋ, ਹਾਏ ਅੰਮੀ ਜੀ ਸਾਨੂੰ ਤਲਕੀਨ ਕਰਦੀਆਂ ਸੋ, ਹੁਣ ਦੱਸੋ ਹੁਸੈਨ ਆਇਆ ਤੇਰਾ, ਉੱਠ ਕੇ ਆਪਣੇ ਪੁੱਤਰ ਨੂੰ ਵਿਦਿਆ ਕਰੋ। ਉਹ ਵੇਲਾ ਕਰੀਬ ਆ ਗਿਆ, ਹੁਣ ਹੁਸੈਨ ਜਾ ਰਿਹਾ ਵੇ, ਆਖਰੀ ਸਲਾਮ ਅਰਜ਼ ਕਰਨਾ ਚਾਹੁੰਦਾ। ਮੇਰੇ ਇਮਾਮੇ ਅਲੀ ਮੁਕਾਮ ਦੀਆਂ ਅੱਖਾਂ ਬੰਦ ਹੋਈਆਂ, ਜ਼ਿਆਰਤ ਸੈਯਦਾ ਫਾਤਿਮਾ ਤੁਜ਼ਹਰਾ ਸ਼ੁਰੂ ਹੋ ਗਈ। ਜ਼ਿਆਰਤ ਸੈਯਦਾ ਫਾਤਿਮਾ ਤੁਜ਼ਹਰਾ ਸ਼ੁਰੂ ਹੋ ਗਈ। ਸੈਯਦਾ ਫਰਮਾਦੀਆਂ ਨੇ, ਉਹ ਹੁਸੈਨ ਪਰੇਸ਼ਾਨ ਨਾ ਹੋ, ਮੈਂ ਮੈਦਾਨੇ ਕਰਬਲਾ ਦੇ ਅੰਦਰ ਆਵਾਂਗੀ, ਇਹਦਾ ਜਾਇਦਾ ਲੈਣ ਆਵਾਂਗੀ, ਅਲੀ ਅਸਗਰ ਦੇ ਹਲਕ ਤੇ ਤੀਰ ਲੱਗਦਾ ਵੇਖਣ ਆਵਾਂਗੀ, ਉਹਨੂੰ ਮੁਹੰਮਦ ਦੇ ਲਾਸ਼ੇ ਤੜਪਦੇ ਹੋਏ ਵੇਖਣ ਆਵਾਂਗੀ, ਤੇਰਾ ਜਵਾਨ ਅਲੀ ਅਕਬਰ ਸ਼ਹੀਦ ਹੁੰਦਾ ਵੇਖਣ ਆਵਾਂਗੀ, ਤੇਰਾ ਨੇਜ਼ੇ ਦੀ ਨੋਕ ਤੇ ਝੜ ਕੇ ਸਿਰ ਤੇ ਕਲਮਾ ਪੜਨ ਦੀ ਆਵਾਜ਼ ਸੁਣਨ ਆਵਾਂ। ਮੇਰੇ ਆਕਾ ਹੁਸੈਨ ਅਰਜ਼ ਕਰਦੇ ਨੇ, ਅੰਮੀ ਜਾਨ ਕਹੀਂ ਭੂਲ ਨਾ ਜਾਣਾ, ਅੰਮੀ ਮੇਰੀ ਫਰਿਆਦ ਕੋ ਕਰਬਲਾ ਮੈਂ ਪਹੁੰਚਣਾ, ਬਹਿਰੇ ਖੁਦਾ ਇਮਦਾਦ ਕੋ। ਮੁਖਤਸਰ ਹੈ ਮੇਰਾ ਇਮਾਮ, ਜਿਸ ਵੇਲੇ ਕਰ ਤਸ਼ਰੀਫ ਲਿਆਏ ਨੇ, ਸਵਾਰੀਆਂ ਤਿਆਰ ਨੇ, ਸਵਾਰੀਆਂ ਤੇ ਸੈਯਦਾਦੇ ਸੈਯਦਾਦੀਆਂ ਬਹਿ ਗਈਆਂ। ਇਹ ਜਿਸ ਵੇਲੇ ਕਰਬਲਾ ਕੋ ਸਾਦਾਤ ਦਾ ਕਾਫਲਾ ਨਿਕਲਣ ਲੱਗਾ, ਮਦੀਨੇ ਦੀਆਂ ਗਲੀਆਂ ਰੋ ਰਹੀਆਂ ਨੇ, ਮਦੀਨੇ ਦੇ ਜ਼ਰੇ ਜ਼ਰੇ ਰੋ ਰਹੇ ਨੇ, ਮਦੀਨੇ ਦੇ ਅੰਦਰ ਰਹਿਣ ਵਾਲੇ ਲੋਕ ਰੋ ਰਹੇ ਨੇ। ਓਏ ਗਲੀ ਗਲੀ ਮਦੀਨੇ ਦੀ ਚੀਖ ਉੱਠੀ, ਜਦੋਂ ਕਰਬਲਾ ਦਾ ਸਾਂ ਸਵਾਰ ਦਿਲਦਾਰ ਟੁਰਿਆ। ਮੇਰੇ ਇਮਾਮੇ ਅਲੀ ਮੁਕਾਮ ਨੇ ਸਵਾਰੀਆਂ ਲਈਆਂ, ਇਹ ਕਾਫਲਾ ਚਲਦਾ ਚਲਦਾ ਮੱਕੇ ਪਹੁੰਚੇ, ਮਦੀਨੇ ਚੋਂ ਨਿਕਲੇ ਮੱਕੇ ਪਹੁੰਚੇ, ਮੱਕੇ ਚੋਂ ਨਿਕਲੇ ਤੇ ਮੈਦਾਨੇ ਕਰਬਲਾ ਦੇ ਅੰਦਰ ਪਹੁੰਚੇ। ਦੋ ਮੁਹਰਮ ਦਾ ਦਿਨ ਆਇਆ, ਖੈਮੇ ਲੱਗ ਗਏ ਨੇ, ਤਿੰਨ ਮੁਹਰਮ ਦਾ ਦਿਨ ਆਇਆ, ਯਜ਼ੀਦੀ ਲਸ਼ਕਰ ਆ ਪਹੁੰਚੀ ਹੈ, ਔਰ ਜਿਸ ਵੇਲੇ ਜਨਾਬ ਸੱਤ ਮੁਹਰਮ ਦਾ ਦਿਨ ਆਇਆ, ਸਦਾ ਤੇ ਪਾਣੀ ਬੰਦ ਕਰ ਦਿੱਤਾ ਗਿਆ। ਨੌ ਮੁਹਰਮ ਦੀ ਰਾਤ ਆਈ ਹੈ, ਸਦਾ ਤੇ ਖੈਮਿਆਂ ਵਿੱਚੋਂ ਜ਼ਿਕਰ ਦੀ ਆਵਾਜ਼ ਆਉਂਦੀ ਹੈ ਪਈ, ਕੁਰਾਨ ਦੀਆਂ ਤਲਾਵਤਾਂ ਹੋ ਰਹੀਆਂ ਨੇ, ਇਹ ਆਵਾਜ਼ ਆਉਂਦੀ ਹੈ ਪਈ, ਵਸਾਇਆ ਅਲਮੁਲਜ਼ੀਨ ਜ਼ਲਮੂ ਅਯੂਬੁਲ ਕਲਬੁ ਯੰਕਲਬੂਨ। ਕਿਧਰੇ ਆਵਾਜ਼ ਆਉਂਦੀ ਹੈ ਪਈ, ਵਲਾ ਤਕੂਲੂ ਲਿਮਯੁਕਤਲੂ ਫੀ ਸਬੀਲਿਲਾਹਿ ਅਮਵਾਤ ਬਲ ਅਹਯਾਉਲ ਵਲਾ ਕਿਲਾ ਤਸ਼ੂਰੂਨ। ਮੁਸਲਮਾਨਾ ਤਵੱਜੋ ਕਰੀ, ਸਦਾ ਦੇ ਖੈਮੇ ਨੇ, ਕੁਰਾਨ ਦੀਆਂ ਆਵਾਜ਼ਾਂ ਆਉਂਦੀਆਂ ਨੇ ਪਈਆਂ। ਖੁਦਾ ਦੀ ਕਸਮੇ, ਅੱਜ ਤੂੰ ਵੀ ਆਪਣਿਆਂ ਘਰਾਂ ਵਿੱਚ ਕੁਰਾਨ ਪੜ੍ਹ, ਮਸਾਜਿਦ ਦੇ ਅੰਦਰ ਕੁਰਾਨ ਪੜ੍ਹ, ਹੁਸੈਨ ਦੀ ਰੂਹ ਰਾਜ਼ੀ ਹੋ ਜਾਏਗੀ। ਮੁਸਲਮਾਨਾਂ ਖੈਮਿਆਂ ਵਿੱਚੋਂ ਕੁਰਾਨ ਦੀਆਂ ਤਲਾਵਤਾਂ ਦੀ ਆਵਾਜ਼ ਆ ਰਹੀਆਂ ਨੇ, ਜ਼ਿਕਰ ਜ਼ਕਾਰ ਦੀਆਂ ਆਵਾਜ਼ਾਂ ਆਉਂਦੀਆਂ ਨੇ ਪਈਆਂ। ਮੇਰੇ ਇਮਾਮ ਮੁਖਤਸਰ ਹੈ, ਮੇਰੇ ਇਮਾਮੇ ਅਲੀ ਮੁਕਾਮ ਫਜਰ, ਜਿਸ ਵੇਲੇ ਜਨਾਬ 10 ਮੁਹਰਮ ਦੀ ਆਈ ਹੈ, ਮੇਰੇ ਇਮਾਮ ਨੇ ਫਰਮਾਇਆ, ਸ਼ਹਿਜ਼ਾਦਾ ਅਲੀ ਅਕਬਰ ਅਰਜ਼ ਕੀਤਾ, ਅੱਬੂ ਜੀ ਹੁਕਮ ਹੋਵੇ। ਫਰਮਾਇਆ ਜਾ ਆਖਰੀ ਅਜ਼ਾਨ ਪੜ੍ਹ। ਸ਼ਹਿਜ਼ਾਦਾ ਅਲੀ ਅਕਬਰ ਨੇ ਅਜ਼ਾਨ ਪੜ੍ਹੀ, ਮੇਰੇ ਇਮਾਮ ਨੇ ਨਮਾਜ਼ ਪੜ੍ਹਾਈ, ਨਮਾਜ਼ ਪੜ੍ਹਨ ਤੋਂ ਬਾਅਦ ਫਿਰ ਖੁਤਬਾ ਇਰਸ਼ਾਦ ਫਰਮਾਇਆ, ਉਸ ਤੋਂ ਬਾਅਦ ਇਸ਼ਰਾਕ ਦਾ ਵਕਤ ਹੋਇਆ, ਵਕਤੇ ਇਸ਼ਰਾਕ ਨਮਾਜ਼ੇ ਇਸ਼ਰਾਕ ਅਦਾ ਫਰਮਾਈ। ਫਰਮਾਇਆ ਸ਼ਹਿਜ਼ਾਦਾ ਅਲੀ ਅਕਬਰ, ਅਰਜ਼ ਕੀਤਾ ਅੱਬੂ ਜੀ ਹੁਕਮ ਹੋਵੇ। ਫਰਮਾਇਆ ਜਾ ਜ਼ਰਾ ਮੈਦਾਨੇ ਕਰਬਲਾ ਦਾ ਜਾਇਦਾ ਲੈ ਕੇ ਆ। ਮੇਰੇ ਇਮਾਮ ਦਾ ਪੁੱਤਰ ਉੱਠਿਆ, ਜਿਸ ਵੇਲੇ ਮੈਦਾਨ ਦੇ ਅੰਦਰ ਪਹੁੰਚਿਆ, ਵੇਖਿਆ ਮੈਦਾਨ ਸਾਫ਼ ਹੈ, ਇੱਕ ਮਕਾਮ ਹੋਏ ਜਿਹੜੀ ਕਤਲਗਾਹ ਹੈ, ਉਸ ਜੋ ਜਗ੍ਹਾ ਹੈ ਜਿੱਥੇ ਆਕਾ ਹੁਸੈਨ ਦੀ ਕਤਲਗਾਹ ਹੈ, ਉਹਨੂੰ ਮੁਹੰਮਦ ਦੀ ਕਤਲਗਾਹ ਹੈ, ਜਿੱਥੇ ਅਲੀ ਅਕਬਰ ਦੀ ਕਤਲਗਾਹ ਹੈ, ਅਲੀ ਅਸਗਰ ਦੀ ਕਤਲਗਾਹ ਹੈ। ਉਸ ਮਕਾਮ ਤੇ, ਉਸ ਜਗ੍ਹਾ ਤੇ ਇੱਕ ਨਕਾਬ ਪੋਸ਼ ਔਰਤ ਬੈਠੀ ਹੈ, ਜਿਹੜੀ ਆਪਣੇ ਪੱਲੂ ਨਾਲ ਮੈਦਾਨੇ ਕਰਬਲਾ ਨੂੰ ਸਾਫ਼ ਕਰਦੀ ਹੈ ਪਈ, ਉੱਥੋਂ ਰੋੜੇ ਚੁਗਦੀ ਹੈ ਪਈ, ਉੱਥੋਂ ਕੈਂਕਰ ਚੁਗਦੀ ਹੈ ਪਈ। ਮੇਰੇ ਇਮਾਮ ਦੇ ਪੁੱਤਰ ਨੇ ਪੁੱਛਿਆ, ਬੀਬੀ ਕੌਣ ਹੈ? ਜਵਾਬ ਨਹੀਂ ਆਇਆ। ਫਿਰ ਪੁੱਛਿਆ, ਬੀਬੀ ਕੌਣ ਹੈ? ਸਿਸਕੀਆਂ ਵੱਜ ਗਈਆਂ,
بس رون دی آواز آئی ہے جواب نہیں آیا. میرے امام دا پتر پریشان ہو کے واپس لوٹیا. ابا جان دی بارگاہ چرد کیتی ابو جی سارے معاملہ درست نے صرف ایک جگہ ویکھیے ایک نقاب پوش عورت ہے جڑی میدان کربلا نو صاف کر دیے پئی میدان کربلا نو صاف کر دیے پئی اتھوں روڑے چک دیے پئی اتھوں کینکر چک دیے پئی میرے امام دیاں یہاں نکلیاں او جدوں باپ بیٹے دے سامنے رووے او بیٹیاں دے دل ہل جاندے نے. عرض کیتا ابو جی روئے کیوں ہو؟ فرمایا پترا رواں کیوں نہ او تیری دادی فاطمہ تو زہرا سی تیری دادی فاطمہ تو زہرا سی جڑی میدان نو صاف کردی سی پئی آندی سی ایتھے میرے پتراں نے لیٹنا ہے ایتھے میرے دوتریاں نے لیٹنا ہے ایتھے میرے بچیاں نے لیٹنا ہے میرے بچیاں دے جسماں وچ روڑے نہ چب جان. میرے امام علی مقام نے صبر دی تلقین کیتی. آخر مسلمانہ کی بیان کرا کدھر علی اکبر دا لاسا تڑپ دے پیا کدھر علی اصغر دا لاسا تڑپ دے پیا اونو محمد دے لاسے تڑپ دے پئے. جناب میرے امام دا ویلا آیا یا میرے امام جسلے خیمیاں دے اندر تشریف لے آئے نے گہرام مچ گیا ہے. فرمایا آخری بار حسین نو مل لو ہن قیامت تک تانوں نظر نہیں آوے گا. مسلمانہ میرے امام علی مقام خیمے دے اندر داخل ہوئے نے. آپ نے شمشیر حیدری ہاتھ وچ پڑھی ہے دستار علی دی بنی ہے چادر تطہیر دی بکل ماری ہے. میرا امام جس ویلے تیار ہو کے خیمیاں ول سیدہ زینب دے خیمے وچ داخل ہوئے نے. سیدہ نے انج اپنے ویر نو ویکھیا ہے ویکھ کے فرمادیاں نے ویرا کدے جا رہا ہے. عرض کی فرمایا اے سیدہ زینب میں اتھے چلیاں جتھے تیرے ویر علی اکبر جتھے تیرے ویر عباس گئے نے میں اتھے چلیاں جتھے جعفر بن علی گئے نے میں اتھے چلیاں جتھے تیرے پتر اونو محمد گئے نے میں اس میدان وچ جا رہا ہاں. جس لے انصیر زینب نے یہ گفتگو سنی دل وچ خیال آیا بس اے میرا ویر ہن جا رہا ہے ہن سن کلو جدا ہو جان والا ہے انشاءاللہ بچھڑن نہ ویر کسے دے تے نہ اون نہ مانیاں پہنا جس پہن دا ویر نہ کوئی اس کی دنیا تو لینا. حضرت ام کلثوم آدرویاں نے عرض کر دیاں نے سونیا ویرا کتھے چلائیں ایک پاسے سیدہ زینب ایک پاسے ام کلثوم نے سیدہ سکینہ قدمہ چ بیٹھیاں نے اپنے دوپٹے دے پلو نال اپنے ابا جان دے جوڑے پیاں صاف کر دیاں نے. او مسلماناں پتھر دا دل نہیں گوشت دا دل رکھن والیا مسلماناں او بیٹی سکینہ اے جدوں میرا امام گھروں چلدا ہے سیدہ جوڑے صاف کر کے پیش کر دیاں نے گرد و غبار صاف کر کے پیش کر دیا نے میدان کربلا اے سیدہ قدماں چ بیٹھیاں ہویاں نے اور جوڑیاں تو گرد و غبار صاف کر دیا نے پیاں. سیدہ زینب دی نظر پئی فرمایا سکینہ کی کرنی ہے پئی عرض کیتا اے اپنے بابے دی جتی صاف کرنی ہے پئی. جس لے مٹی پیشاں ہو گئی تھلے خون تے نظر پئی جوڑے خون لودا نظر آئے عرض کیتا اے ابو جی اے خون کدا لگا ہویا اے. عرض کیتا اے ابو جی اے خون کدا لگا ہویا اے. سیدہ امام علی مقام فرما دے نے سکینہ اے تیرے ویر علی اصغر دا خونی
تیرے ویر علی اکبر دا خونی تیرے چچا عباس دا خون لگا ہویا ہے. سیدہ رو رہی نے نالے پلو نالے جتی صاف کر دیا نے عرض کر دیا نے بے علی اصغر آئے علی اصغر جدا ہو گیا ہے پہ تیری بہن سگرا مدینے وچ اڈیک دی ہوے گی. میں اپنے ویر دے کپڑے سی کے رکھے ہوئے نے کھڈونے بنا کے رکھے ہوئے نے میں کپڑے سی کے رکھے ہوئے نے سگرا اڈیک دی ہوے گی سگرا نو کون جا کے دسے سگرا تیرا ویر علی اصغر بھی قربان ہو گیا ہی تیرا ویر علی اکبر بھی قربان ہو گیا ہی اونا محمد ویر بھی قربان ہو گئے نے. میرے امام نے سر تے ہاتھ رکھیا فرمایا بیٹی صبر کرو ان اللہ ما صابرین. فرمایا صبر کرو صبراں دی اولادو. میرے امام نے بچی دے سر تے ہاتھ رکھیا ہے سیدہ زینب ویکھ رہیاں نے امے کلثوم ویندیاں نے اوے انہاں بھیناں نوں پوچھو جنہاں دے ویر جدا ہو جاندے نے اوے انہاں بھیناں نوں پوچھو جنہاں دے ویر وچھڑ جاندے نے اوے او سیدہ شہر بانو میرے امام دی زیارت کر رہیاں نے اوے انہاں عورتاں نوں پوچھو جنہاں دے سہاگ گزر جاندے نے جنہاں دیاں منگاں دا جنازہ نکل جاندا ہے جنہاں دیاں امیداں ٹٹ جاندیاں نے حسرت بھریاں نگاہاں نال ویکھ رہیاں نے. اک آواز آئی اے خیمیاں والیو آخری وار حسین نو ملا ہن قیامت تک نظر نہیں آوے گا. انہیں قیامت تک نظر نہیں آوے گا سارے حسرت بھریاں نگاہاں نال ویندے نے. مسلماناں کی بیان کراں میرا امام چلن لگا ہے سیدہ سکینہ نے پلہ پکڑ لیا ہے عرض کر دیا نے ابو جی کدے جا رہے ہو. او مسلماناں جدوں تمہیں کروں نکلنا ہے تیرے بھی چھوٹے چھوٹے بچے اوے اولاد آلیو پوچھ دے ہون گے بابا جی کدوں آو گے ابو جی کدوں آو گے. ابو جی دیر نہ کریا جے آئے ابو جی جلدی آ جایا جے. او کسے دا باپ جلدی آ جاندا ہے او کسے دا باپ دوپہری آ جاندا ہے کسے دا باپ رات نو واپس آ جاندا ہے کسے دا باپ کچھ وقت تو بعد آ جاندا ہے. سیدہ عرض کردیاں نے ابو جی کدوں آو گے کدوں آو گے. میرے امام نے جس ویلے ویکھیا میرا امام تھلے بیٹھا ہے بیٹی نو سینے لایا فرمایا پترا ہن آخری بار باپ نو ملے ہن قیامت تک نہیں ہوئی دا ہن آخری بار ملے انہیں قیامت تک نظر نہیں آوی دا بیٹی نو ملدے نے. میرا امام مل کے بیٹی دے سر تے ہاتھ رکھے ہے جس لے سواری دے قریب آئے نے دل چ خیال آیا جدوں معراج نبی نو ہویا جبرائیل براق تھمایا جدوں علی ول خیبر چلے نبی پاک نے آپ چڑھایا کوئی نہ رہ گیا چڑھاون والا
جدوار حسین دایا اے آواز سنی بی بی زینب نے برقع منہ تے پایا آ کول کھلوتی بی بی اکھیا لے وے چڑھ امڑی دے آ جایا لے وے ویرا تینوں ایدرے قرار دیتی سوار کران دیے پئی ویرا پریشان ہو میرا امام سواری تے سوار ہویا سواری چلن لگی میرے امام نے ایڑی لگائی ادھے سیدہ سکینہ او خیمے دی اونٹ وچ ہاتھ مل کے سواری نو عرض کر دیا نے سواری نہ ٹری سواری تو ٹری میں یتیم ہو جاواں گی سواری نہ چلی میرے امام نے ایڑی لگائی سواری نے منہ آسمان ول کیتا عرض کیتی یا اللہ میں بے وفا نہیں وفادار زبان دتی بولن دی طاقت بھی عطا کر جسلے بولن دی طاقت ملی سواری عرض کر دی آقا حسین تسی آدھے ہو چل اوہ کو خیمے دی اوڑ وچ سکینہ ہاتھ بن کے عرض کر دیا نے سواری نہ ٹری نی سواری تو چل پئی میں یتیم ہو جاواں گی میں ابو کہہ کے کلو بلاواں گی میرے سر تے ہاتھ کون کرے گا میرے نال پیار کون کرے گا مسلمانوں کی بیان کرا میرے امام نے صبر دی تلقین کیتی میرا امام سواری تے بیٹھا حکم فرمایا سواری چلی او دنیا دیاں کتیاں نے میرے امام نو گھیرے وچ لے لیا اے او اک نے مارے انیدا وچ سینے پھر تیراں دے می برسان لگ پے ول کعبے سجدہ کرن والے او اتھی آپ کعبے نو ٹان لگ پے مسلماناں اگر کسے ماں دے پتر نو کنڈا چب جائے تے ماں نو پتہ لگدا ہے ماں دا دل ہل جاندا ہے ہائے میرے پتر نو کنڈا چب گیا ہے جدوں میرے امام دے سینے چلے دا بچا اوے ماں فاطمہ تو زہرا دی قبر ہلی آواز آندی ہے پئی سنبھل جاوی وے مسافر بچڑا وے میں چک لواں وچ جولی سالا جان دوزخ نو جنا تیری لاش مٹی وچ رولی مسلمانا کی بیان کرا میرا امام سواری تو تھلے آیا شمر گا ودیا دنیا دا کتا او سالا تیرے ہاتھ ٹوٹ جاندے تیرا خانہ خراب ہو جاندا او تیرا تیلا نہ رہ جاندا او تیرا کک کنڈا نہ لہ جاندا او دنیا دا کتا یگا ودیا میرے امام دے حلق دے خنجر چلانا شروع کر دیتا ہے میرے امام دا لاشا میدان کربلا چ تڑپ دے پیا جسلے خالی گھوڑا خیمیاں ول پہنچیا سیدہ زینب دی نظر پئی آپ نے سکینہ نو نال لایا سر چمدیاں نے منہ چمدیاں نے عرض کیتا پپو جی بڑے درد نال منہ چمدے ہو بڑے درد نال سر تے ہاتھ رکھ دے ہو پپو جی کدھر میں یتیم تے نہیں ہو گئی آئے پپو جی کدھر میں یتیم تے نہیں ہو گئی فرمایا نی سکینا تو یتیم نہیں ہوئی ساڈا ویر وچھڑ گیا آئی او کھیتی علی کی کٹ گئی بستی اجڑ گئی
پردیش میں حسین سے زینب بچھڑ گئی. بس تیرے اگے مسلمانوں میں کی بیان کراں, سیدہ زینب رو رہی نے, عرض کر دیا نے بے ویرا ذرا بولتے سہی, اے ویخ تیری بہن زینب بیٹھی آ آسک نائی آ شہر بانوئی, بے ویرا بولدا کیوں نہیں, اے ویرا چپ کر کے کیوں خاک تے ڈیرا لایا, پن چادر میں شام نو چلیاں ایتھے سارا دیس پرایا, خدا دے واسطے دسوے ویرا مینو شام شہر دیاں راواں, اج آسمان تے کنگر مل گئے سن زینب دیاں آواں, آئے وے ویرا میں مر جاندی, آئے وے ویرا میں مر جاندی, وے کی جینا باج براواں, او شالا مرن نا ویر کسے دے تینوں نہ مانیا پہنا, او جس پین دا ویر نہ کوئی اس کی دنیا تو لینا. سیدہ زینب میدان کربلا دے اندر اپنے ویر دے لاشے دے رد کر دیا نے پیاں, وے ویرا اس دردناک میدان دے اندر مینو کدے سارے چھڈ کے گیا ہے, اگر جدے سہرے کوئی نہ آن لوکاں دیاں تیاں اجڑ دیا نے, کسے دی مایا کے لے جاندی ہے, کسے دا بابا کے لے جاندا ہے, کسے دا ویرا کے لے جاندا ہے, ہائے وے ویرا میرے سہرے بھی کربلا چ قربان ہو گئے, میرے پیکے بھی قربان ہو گئے نے, لوکاں دیاں جدی اجڑن دیاں ٹر جاندیاں نے پیکے, میں اجڑی کس پاسے جاواں, نہ سہرے رہ نہ پیکے, میرے سونے ویرا میرے تو جدا ہو گیا کھیتی, علی کی کٹ گئی بستی اجڑ گئی, پردیش میں حسین سے زینب بچھڑ گئی. انا للہ و انا الیہ راجعون, او حسین اب بھی ہے زندہ, کربلا کی خاک سے پوچھو رب لم یزل سے, صاحب لولاک سے پوچھو علی اکبر علی اصغر, سخی عباس کا درجہ کسی ناقص سے مت پوچھو, قرآن سے پوچھو اے زمین کربلا, تیرے نصیبانوں سلام, تیرے اتے ستے ہوئے سبنا بھی بانو سلام, جس شام آ کے زینب نے لاشان واجا ماریا, اس آتھرو ڈھل دی شام غریبانو سلام. تو اہل اپنے حبیب دسر کا تھوڑی میری مختصر جی حاضری اپنی بارگاہ قبول و منظور فرمائے, وآخر دعوانا ان الحمدللہ رب العالمین.